मैं ते बड़ा भाई ना इधर डब वाली वाले पासे आए सीगे ते इधरले पासे देखे यार भी बाघ बहुत आ यार लोकां दे लाए हुए नरमा बहुत लाया होया लोकां दा। आपां नरमे बारे बाघां बारे ना गलबात करदे आ जो ते आपां कुछ विचारां करनियां यार। 2 मिनट ना समां दे दिओ, कम दीआं गल्लां करनियां आपां यार, पंजाब प्रति कम दीआं गल्लां करनियां। 2 मिनट समां दिओ पंजाबीओ, जे बचना मैं थोनू इह गल दस दिंदा भी आपां नूं ना कोई ना कोई बागां बूगां वाला ढाण सापां नूं करना पऊ। इधरले पासे यार अक्सर ये भी कोई कमाउंदे ही होणगे, वड्डे भाई ये कमाउंदे ही होणगे यार, ये बंदे अक्सर आए तां नहीं गा भी इहनां दी खेतों ही जांदी आ। आ तां हुणे ही लाया वा बाग, आ बाग हुण बंदे ने जिहने लाया अक्सर इहने कोई कमाई नूं ही लाया ते यार कोई ये चीज की कोई जानकारी नहीं दिंदा। आ मेरे हिसाब नाल भाई किन्नू संतरियां दा बाग आ, हैना किन्नू आ, आ देख ये मेरे हिसाब नाल बूटे साल 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 दो साल दे बूटे होणगे। ते यार मैनू ए लगता भी यार यूनिवर्सिटियां नू अगे आउणा चाहीदा जानकारी यार, जिन्नी क मैं कट्ठी कर सकिया ना मैं जरूर कट्ठी करूँगा। असं इधरले पासे नू देखो भी किड्डा बाग आ, आ पूरा बाग आ पूरा वड्डा इधरले पासे। जे तुसीं ना इत्थे मतलब मेरे चार चपेरे देखो तां जंगल ही जंगल आ यार, जंगल ही जंगल आ यार। पहली तां गल जिहड़ा ओह रौला पैंदा जे बाग होणगे इन्ने भाई भी जिहड़े दरख्त घट गए, ये बाग च दरख्त ही आ जिहड़े आह सैकड़े मतलब किलोमीटर च खड़े होणे, इधर नूं बाग च दरख्त ही दरख्त खड़े आ। फिर दूजी गल इह आ यार भाई भाई इह उन्ना इन्हां ते उन्ना पेस्टीसाइड नहीं यूज हुंदा ਬਾਈ, ਇਹਨਾਂ ਤੇ ਆਪਾਂ ਉਹ ਨੀ ਦਵਾਈਆਂ ਨੀ ਉਨੀਆਂ ਨੀ ਪੈਂਦੀਆਂ ਹੋਣਗੀਆਂ ਜਿੰਨੀਆਂ ਆਪਣੀਆਂ ਕਣਕ ਝੋਨਿਆਂ ਤੇ। ਹੁਣ ਝੋਨੇ ਤਾਂ ਦੇ ਪਦਾਨ ਤੇ ਪਦਾਨ ਹਰੇਕ ਬੰਦਾ ਲਲਾਰੀਆਂ ਵਾਂਗੂ ਹੱਥ ਰੰਗੀ ਫਿਰਦਾ, ਹਰੇ ਹਰੇ ਕਰੀ ਫਿਰਦਾ, ਪਹਿਲਾਂ ਲਾਲ ਕਰੀ ਰੱਖੇ ਰੀਜੈਂਟ ਸੱਟ ਕੇ ਫਿਰ ਹਰੇ ਕਰੀ ਫਿਰਦਾ। ਇੱਥੇ ਦੇਖੋ ਪਹਿਲਾਂ ਤਾਂ ਦਰਖਤਾਂ ਦਾ ਮਸਲਾ ਹੱਲ ਹੁੰਦਾ, ਦੂਜਾ ਪਾਣੀ ਦਾ ਯਾਰ। ਦੋ ਚੀਜ਼ਾਂ ਵੱਡੀਆਂ ਸਮੱਸਿਆਵਾਂ ਪੰਜਾਬ ਦੀਆਂ ਦੋ, ਇੱਕ ਸਮੱਸਿਆ ਪਾਣੀ, ਦੂਜੀ ਸਮੱਸਿਆ ਵਾਤਾਵਰਨ। ਬਾਗ ਨਾਲ ਯਾਰ ਮੈਂ ਕਹਿੰਦਾ ਦੋਨੇ ਹੱਲ ਹੁੰਦੀਆਂ ਬਾਈ ਯਾਰ, ਦੋਨੇ ਹੀ ਹੱਲ ਹੁੰਦੀਆਂ। ਜਿਹੜੀ ਚੀਜ਼ ਆਪਾਂ ਗੱਲ ਕਰਨੇ ਵੀ ਅੰਨ ਪਾਣੀ, ਅੰਨ ਪਾਣੀ ਹੀ ਇਹ ਆ ਯਾਰ। ਜੇ ਕਿਸੇ ਵੇਲੇ ਆਪਾਂ ਨੂੰ ਭੁੱਖ ਲੱਗੀ ਹੋਵੇ ਚਾਰ ਸੰਤਰੇ ਖਾ ਲਈਏ, ਇੱਕ ਵੇਲੇ ਦੀ ਰੋਟੀ ਦਾ ਸਰਦਾ ਹੀ ਸਰਦਾ ਹੈ, ਠੀਕ ਹੈ ਕਿ ਨਹੀਂ। ਫਿਰ ਨਾਲੇ ਪੂਰੀ ਤਾਕਤ ਆਪਣੇ ਪਿੰਡ ਵਾਲੇ ਦਿਆਲੀ ਦੇ ਕਹਿਣ, ਨਾਲੇ ਬਿਟੇ ਮਨ ਪੂਰੇ ਹੁੰਦੇ ਆ ਸਾਰੇ। ਆ ਦੂਜਾ ਇੱਧਰਲੇ ਪਾਸੇ ਨੂੰ ਹੋ ਦੇਖੋ ਨਰਮਾ ਖੜਾ, ਮੈਂ ਤੁਹਾਨੂੰ ਨਰਮੇ ਵਾਲੇ ਪਾਸੇ ਵੀ ਲੈ ਕੇ ਚੱਲਦਾ, ਨਰਮੇ ਬਾਰੇ ਵੀ ਗੱਲਾਂ ਬਾਤਾਂ ਕਰਦੇ ਆ। ਵੱਡੇ ਭਾਈ ਨਰਮਾ ਯਾਰ ਨਾ ਮੇਰੇ ਹਿਸਾਬ ਨਾਲ ਦੇਖ, ਆਪਣੇ ਲੋਕ ਇੱਕ ਗੱਲ ਜ਼ਰੂਰ ਕਹਿੰਦੇ ਆ, ਨਰਮਾ ਲਾਉਣੋਂ ਹਟ ਕੇ ਨਰਮੇ ਦਾ ਰੇਟ ਨਹੀਂ ਮਿਲਦਾ, ਨਰਮਾ ਜਿਹੜਾ ਮਾੜਾ ਜਿਹਾ ਹੋ ਜਾਂਦਾ ਉੱਠਦਾ, ਉਹਨੇ ਨਾ ਝੱਗਾ ਨਰਮੇ ਨਾਲ ਬਣਿਆ ਪਾਉਣਾ, ਨਾ ਉਹਨੇ ਖੇਸ ਟੋਟਾ ਲੈਣਾ ਉੱਤੇ, ਨਾ ਘਰੇ ਤੁਹਾਡੇ ਰਜਾਈਆਂ ਦੇ ਵਿੱਚ ਰੂੰ ਆ, ਨਾ ਤੁਹਾਡੇ ਸਰਾਣਿਆਂ 'ਚ ਰੂੰ ਆ। ਤੇ ਜਦੋਂ ਤੁਸੀਂ ਰੂੰ ਦੀ ਬਣੀ ਕੋਈ ਚੀਜ਼ ਪਾਉਣੀ ਨਹੀਂ ਤੇ ਤੁਹਾਡਾ ਨਰਮਾ ਵਿਕੇ ਦੱਸੋ ਕਿੱਥੇ, ਮੈਨੂੰ ਇਹ ਤਾਂ ਦੱਸੋ ਨਾ। ਤੁਸੀਂ ਕਹਿੰਦੇ ਸਾਡਾ ਨਰਮਾ ਵਿਕਣੋਂ ਹਟ ਗਿਆ, ਜਿਹੜਾ ਮਾੜਾ ਜਿਹਾ ਮੇਰੇ ਵਰਗਾ ਹੋ ਜਾਂਦਾ ਉਹ ਜੀਨ ਦੀ ਚੜ੍ਹਾ ਲੈਂਦਾ ਪੈਂਟ ਤੇ ਸ਼ਰਟ ਪਾ ਲੈਂਦਾ ਸੀ। ਹੁਣ ਜੇ ਜਦੋਂ ਤੁਸੀਂ ਸੂਤ ਦੇ ਕੱਪੜੇ ਪਾਉਣੇ ਨਹੀਂ, ਸੂਤੀ ਚੀਜ਼ ਨੂੰ ਤੁਸੀਂ ਵਰਤਣਾ ਨਹੀਂ ਤੇ ਨਰਮਾ ਦੱਸੋ ਫਿਰ ਕਿੱਥੇ ਜਾਵੇ। ਜਦੋਂ ਜਿਹੜੀ ਚੀਜ਼ ਦੀ ਵਰਤੋਂ ਹੋ ਉਹਦੀ ਕੋਈ ਮੰਗ ਹੋ। ਹੁਣ ਨਰਮੇ ਦਾ ਬੇੜਾ ਗਰਕ ਆਪਾਂ ਵੀ ਕੀਤਾ, ਅਸੀਂ ਸੂਤੀ ਚੀਜ਼ਾਂ ਨੂੰ ਪਸੰਦ ਕਰਨ ਨੂੰ ਹਟ ਗਏ, ਹਾਲਾਂਕਿ ਸੂਤੀ ਕੱਪੜਾ ਸਾਡੀ ਸਿਹਤ ਵਾਸਤੇ ਕਿੰਨਾ ਗੁਣਕਾਰੀ ਆ ਇਹ ਗੱਲ ਦਾ ਸਾਨੂੰ ਪਤਾ ਚੰਗੀ ਤਰ੍ਹਾਂ। ਜਿਹੜੇ ਅਸੀਂ ਪਲਾਸਟਿਕ ਦੇ ਲੀੜੇ ਪਾਈ ਫਿਰਦੇ ਹਾਂ ਨਾ, ਇਹ 100 ਬਿਮਾਰੀ ਲੱਗਦੀ ਆ ਪਲਾਸਟਿਕ ਦੇ ਲੀੜਿਆਂ ਨਾਲ। ਜਿਹੜੇ ਸਿੰਥੈਟਿਕ ਆ ਉਹ ਪਲਾਸਟਿਕ ਦੇ ਲੀੜੇ ਆ, ਜਿਹੜਾ ਸੂਤੀ ਕੱਪੜਾ, ਸੂਤੀ ਕੱਪੜਾ ਇੱਕ ਇਹੋ ਜਿਹੀ ਚੀਜ਼ ਆ ਬਾਈ ਚਾਂਸ ਅੱਗ ਵੀ ਲੱਗ ਜੇ ਨਾ ਉਹ ਚਿੰਬੜਦਾ ਨਹੀਂ ਤੁਹਾਡੇ ਨਾਲ, ਜਿਹੜਾ ਸੂਤੀ ਕੱਪੜਾ। ਜਿਹੜਾ ਤੁਸੀਂ ਸਿੰਥੈਟਿਕ ਕੱਪੜਾ ਉਹ ਤਾਂ ਐਂ ਚਿੰਬੜ ਜਾਂਦਾ, ਜੱਫਾ ਪਾ ਲੈਂਦਾ ਬੰਦੇ ਨੂੰ ਜੱਫਾ, ਅਤੇ ਨਾ ਲੱਗੇ ਗਰਮੀ ਬੰਦੇ ਨੂੰ, ਨਾ ਲੱਗੇ ਸਰਦੀ। ਜਿਹੜਾ ਸੂਤੀ ਕੱਪੜਾ, ਸੂਤੀ ਕੱਪੜਾ ਕੁਦਰਤੀ ਚੀਜ਼ ਆ ਬਿਲਕੁਲ। ਅਤੇ ਸਾਡੇ ਲੋਕਾਂ ਨੇ ਜੇ ਅਸੀਂ ਇਕੱਲਾ ਜੇ ਆਪਾਂ ਕਹਿ ਦਈਏ ਨਾ, ਇਕੱਲਾ ਸਰਕਾਰਾਂ ਵੀ ਨਹੀਂ ਕਸੂਰਵਾਰ, ਅਸੀਂ ਆਪ ਵੀ ਹਾਂ। ਅਸੀਂ ਆਪਦੀਆਂ ਬਣਾਈਆਂ ਚੀਜ਼ਾਂ ਦੀ ਮੰਗ ਕਰਨ ਨੂੰ ਹਟ ਗਏ ਸਾਡੇ ਸਿਸਟਮ। ਹੁਣ ਆਹ ਦੇਖੋ, ਆਹ ਨਰਮਾ ਆ, ਦੇਖੋ ਕਿੱਡਾ ਸੋਹਣਾ ਨਰਮਾ ਯਾਰ। ਬਾਈ ਜਦੋਂ ਨਰਮੇ ਹੁੰਦੇ ਸੀ ਆਪਣੇ ਦੇਖਣ 'ਚ ਆਪਣੇ ਵਾਲੇ ਪਾਸੇ ਕਪਾਹਾਂ ਹੁੰਦੀਆਂ ਸੀ, ਬੀਬੀ ਵਰਗੀਆਂ ਨੇ ਕਪਾਹਾਂ ਚੁਗਣ ਜਾਣਾ,
ਆ ਰੁੱਤ ਚ ਨਾ ਇੰਨਾ ਚਾਅ ਹੁੰਦਾ ਸੀ, ਇੱਕ ਭਾਈਚਾਰਕ ਸਾਂਝ ਸੀ ਸਾਡੀ। ਆਓ ਨਰਮਾ, ਆਪਾਂ ਨਰਮੇ ਕੋਲ ਚੱਲਦੇ ਹਾਂ ਬਾਈ, ਥੋੜਾ ਜਿਹਾ ਬਚਪਨ ਯਾਦ ਕਰਦੇ ਹਾਂ। ਨਰਮਾ ਹੁੰਦਾ ਸੀ ਸਾਡੇ, ਸਾਡੇ ਬੀਬੀ ਹੁਣਾਂ ਨੇ ਨਰਮਾ ਚੁਗਣਾ, ਸਾਡੀਆਂ ਭੈਣਾਂ ਤਿੰਨ ਉਹਨਾਂ ਨੇ ਨਰਮਾ ਚੁਗਣਾ, ਦੋ ਤਿੰਨ ਕੁੜੀਆਂ ਆਂਢ ਗੁਆਂਢ ਦੀਆਂ ਹੋ ਜਾਣੀਆਂ, ਉਹਨਾਂ ਨੇ ਨਰਮਾ ਨਾਲ ਚਗਾਉਣਾ, ਫਿਰ ਅਸੀਂ ਉਹਨਾਂ ਦਾ ਚਗਾਉਣਾ। ਉਹ ਛੇ ਸੱਤ ਜਾਣੇ ਸੀ, ਐਂ ਬਣ ਜਾਣਾ ਇੱਕ ਭਾਈਚਾਰਕ ਸਾਂਝ ਬਣੀ ਵੀ ਸੀ ਯਾਰ। ਉਹ ਸਾਂਝ ਸਾਡੀਆਂ ਸਾਂਝਾਂ ਟੁੱਟ ਗਈਆਂ ਯਾਰ, ਸਾਡੀਆਂ ਫਸਲਾਂ ਕਾਹਦੀਆਂ ਖਤਮ ਹੋਈਆਂ, ਸਾਡੀਆਂ ਇੱਕ ਤਰ੍ਹਾਂ ਨਾਲ ਸਾਂਝਾਂ ਟੁੱਟ ਗਈਆਂ ਉਹ ਚੀਜ਼ਾਂ ਦੇ ਨਾਲ। ਹੁਣ ਕੀ ਆ, ਹੁਣ ਟਰੈਕਟਰ ਹਰੇਕ ਬੰਦੇ ਦੇ ਯਾਰ ਦੋ ਰੱਖੇ ਆ, ਦੋ ਰੱਖੀ ਆ ਟਰਾਲੀਆਂ, ਆਥਣੇ ਅਗਲਾ ਕਮੈਂਡ ਤੋਂ ਬੜਾਉਂਦਾ, ਬੜਾ ਕੇ ਲੈ ਜਾਂਦਾ। ਇਹ ਨਰਮੇ ਨਾਲ ਯਾਰ ਘੱਟੋ ਘੱਟ ਰੌਣਕ ਬਣੀ ਹੋਈ ਸੀ। ਜਦੋਂ ਬਾਪੂ ਹੁਣਾਂ ਨੇ ਫਿਰ ਸ਼ਾਮ ਨੂੰ ਬਾਈ ਝੋਲੀਆਂ ਗਿਣਨੀਆਂ, ਹੈ ਨਾ, ਝੋਲੀਆਂ ਆਪਦੀਆਂ, ਭਾਈ ਕਹਿਣਾ ਅੱਡ ਲਾਈ ਜਾਓ, ਲੈ ਭਾਈ ਫਲਾਨੀ ਇੰਨੇ ਕਿਲੋ ਚੁੱਕ ਦਿੰਦੀ ਆ, ਲੈ ਭਾਈ ਫਲਾਨੀ ਦਾ ਹੱਥ ਬੜਾ ਤੇਜ਼ ਆ, ਐਵੇਂ ਹੈ ਨਾ, ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ। ਫਿਰ ਜਦੋਂ ਉਹਦੇ ਨਰਮਾ ਪੱਟ ਲੈਣਾ, ਛਿਟੀਆਂ ਦੇ ਢੇਰ ਤੋਂ ਟੀਂਡੇ ਟੂੰਡੇ ਤੋੜ ਕੇ ਫਿਰ ਟੀਂਡੇ ਵਾਲੀ ਕਪਾਹ ਚੁਗਣੀ, ਉਹ ਇੱਕ ਵਧੀਆ, ਬਹੁਤ ਵਧੀਆ ਮਾਹੌਲ ਸੀ। ਪਰ ਉਹ ਸਾਰਾ ਮਾਹੌਲ ਖਤਮ ਕਿਵੇਂ ਹੋਇਆ, ਖਤਮ ਹੋਇਆ ਕਿ ਜਦੋਂ ਅਸੀਂ ਆਪਦੇ ਉਘਾਏ ਨਰਮੇ ਦੇ ਕੱਪੜੇ ਪਾਉਣੇ ਬੰਦ ਕਰਤੇ, ਅਸੀਂ ਆਪਦੇ ਉਘਾਏ ਨਰਮਿਆਂ ਦੇ ਰਜਾਈਆਂ ਦੇ ਥਾਂ 'ਤੇ ਸਾਡੇ ਘਰ ਕੰਬਲ ਆ ਗਏ, ਸਾਡੇ ਸਰਾਣਿਆਂ ਦੇ ਵਿੱਚ ਜੈਪੁਰੀ ਰੂੰ ਆ ਗਈ। ਉਹ ਜੈਪੁਰੀ ਰੂੰ ਆ, ਕੱਚ ਜੇ ਦੀ ਰੂੰ ਆ, ਉਹ ਆ ਗਈ। ਜਦੋਂ ਸਾਡੀ ਆਪਦੀ ਰੂੰ ਖਤਮ ਹੋ ਗਈ, ਸਾਡੇ ਘਰਾਂ 'ਚੋਂ ਖਤਮ ਹੋ ਗਈ, ਸਾਡੇ ਜ਼ਿਮੀਦਾਰਾਂ ਦੇ ਘਰਾਂ 'ਚ ਹੈ ਨਹੀਂ, ਜਦੋਂ ਅਸੀਂ ਨਹੀਂ ਆਪਦੀ ਚੀਜ਼ ਮੰਗ ਕਰਦੇ, ਕਿਹੜਾ ਬੰਦਾ ਹੁਣ ਆ ਕੁੜੀਆਂ ਨੂੰ ਬਿਸਤਰੇ ਦਿੰਦੇ ਆ? ਲੈ ਮੈਂ ਕਹਿੰਦਾ ਕਿਹੜਾ ਬੰਦਾ ਹੈ ਜਿਹੜਾ ਬਈ ਸੂਤੀ, ਕੋਈ ਦਰੀ ਜਾਂ ਕੋਈ ਹੋਰ ਆ, ਕੀ ਕਰਦਾ ਹੀ ਨਹੀਂ ਗਾ, ਕੋਈ ਮੰਗ ਹੀ ਹੈ ਨਹੀਂ ਗੀ। ਦਰੀਆਂ ਦੇ ਥਾਂ 'ਤੇ ਸਫਾਂ ਜਿਹੀਆਂ ਆ ਗਈਆਂ ਸਾਡੇ ਘਰਾਂ ਦੇ ਵਿੱਚ, ਅਤੇ ਵਿਛਾਈਆਂ ਦੇ ਥਾਂ 'ਤੇ ਸਾਡੇ ਘਰਾਂ 'ਚ ਉਹ ਸਿੰਥੈਟਿਕ ਜਿਹੀਆਂ ਵਿਛਾਈਆਂ ਆ ਗਈਆਂ, ਸਾਰਾ ਕੁਛ ਅਸੀਂ ਆਪ ਹੀ ਖਤਮ ਕਰਤਾ। ਕਿਤੇ ਨਾ ਕਿਤੇ ਮੈਂ ਇੱਕ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਜੇ ਕਿਤੇ ਨਾ ਕਿਤੇ ਪੰਜਾਬ ਦਾ ਵਾਤਾਵਰਨ, ਪੰਜਾਬ ਦਾ ਪਾਣੀ ਬਚਾਉਣਾ, ਤਾਂ ਸਾਨੂੰ ਆਪਦੀਆਂ ਚੀਜ਼ਾਂ ਦੀ ਮੰਗ ਵੀ ਕਰਨੀ ਪਊਗੀ, ਆਪਦੀਆਂ ਚੀਜ਼ਾਂ ਸਾਨੂੰ ਪਾਉਣ ਲੱਗਣਾ ਪਊ, ਆਪਦੀਆਂ ਚੀਜ਼ਾਂ ਨੂੰ ਸਾਨੂੰ ਪਹਿਲ ਦੇਣੀ ਪਊ, ਆਪਦਾ ਪਹਿਰਾਵਾ। ਲੈ ਮੈਂ ਯਾਰ, ਮੈਂ ਚੈਨਲ ਚਲਾਉਣਾ, ਮੈਨੂੰ ਤਾਂ ਜਮ੍ਹਾਂ ਸ਼ਰਮ ਨਹੀਂ ਆਉਂਦੀ ਯਾਰ, ਕੁੜਤਾ ਪਜਾਮਾ ਪਾ ਕੇ ਜੇ ਮੈਂ ਪਾਉਂਦਾ, ਮੈਨੂੰ ਤਾਂ ਬਹੁਤ ਫਖਰ ਜਿਹਾ ਫੀਲ ਹੁੰਦਾ ਯਾਰ, ਬਈ ਮੈਂ ਆਪਦੇ ਪਹਿਰਾਵੇ 'ਚ ਹਾਂ, ਪੇਂਡੂ ਪਹਿਰਾਵੇ 'ਚ ਹਾਂ। ਸਾਡੇ ਲੋਕਾਂ ਨੂੰ ਇਹ ਸ਼ਰਮ, ਇਹ ਪਤਾ ਨਹੀਂ ਕਿਹੜਾ ਕਿੱਥੋਂ ਕਿਹੜੇ ਭੜੂਏ ਨੇ ਸਾਨੂੰ ਇਹ ਦੱਸਤਾ, ਸਾਨੂੰ ਇਹ ਕਹਿਤਾ ਸਾਨੂੰ ਵੀ ਯਾਰ ਪੰਜਾਬੀ ਬੋਲਣ 'ਚ, ਪੰਜਾਬੀ ਪਹਿਰਾਵੇ 'ਚ ਸ਼ਰਮ ਆ। ਇਹ ਚੀਜ਼ ਸਾਡੇ ਦਿਮਾਗ 'ਚ ਬਾੜ ਕੇ, ਅਤੇ ਇਹ ਚੀਜ਼ਾਂ ਨਾਲ ਸਾਡੇ ਹੱਥਾਂ ਦੇ ਵਿੱਚੋਂ ਆਹ ਚੀਜ਼ਾਂ ਖੋਲੀਆਂ, ਉਹਦੇ ਨਾਲ ਸਾਡੇ ਪੰਜਾਬ ਦਾ ਪਾਣੀ ਉੱਜੜਿਆ, ਉਹਦੇ ਨਾਲ ਸਾਡੇ ਪੰਜਾਬ ਦਾ ਵਾਤਾਵਰਨ ਉੱਜੜਿਆ। ਪੰਜਾਬੀ ਉਹ ਆਪਾਂ ਫਿਰ ਕਿਸੇ ਦਿਨ ਕੋਈ ਆਪਾਂ ਮਾਹਰ ਬੰਦੇ ਨਾਲ ਗੱਲਬਾਤ ਕਰਾਂਗੇ, ਅੱਜ ਤਾਂ ਆਪਾਂ ਬਾਗ ਦੇ ਵਿੱਚ ਵੈਸੇ ਹੀ ਖੜ੍ਹੇ ਹਾਂ, ਅੱਜ ਤਾਂ ਅਸੀਂ ਕਿਸੇ ਦਿਨ ਆਪਾਂ ਮਾਹਰ ਬੰਦੇ ਤੋਂ ਬਾਗਬਾਨੀ ਦੇ ਮਾਹਰ ਬੰਦੇ ਤੋਂ ਜਾਣਕਾਰੀ ਲਵਾਂਗੇ। ਜੇ ਕੋਈ ਬਾਗਬਾਨੀ ਦਾ ਮਾਹਰ ਬੰਦਾ ਹੋਇਆ ਮੇਰੇ ਨਾਲ ਸੰਪਰਕ ਕਰੇ, ਮੈਂ ਸਪੈਸ਼ਲ ਆਊਂਗਾ, ਉਹ ਤੋਂ ਆਪਾਂ ਰਾਇ ਸਲਾਹ ਲਵਾਂਗੇ, ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਆਪਾਂ ਮਾੜਾ ਜਿਹਾ ਅੱਗੇ ਲੈ ਕੇ ਜਾਵਾਂਗੇ, ਜੇ ਪਾਣੀ ਪੂਣੀ ਬਚਾਉਣਾ ਤਾਂ। ਜਿਉਂਦੇ ਰਹੋ।